ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਗੁਰਜਿੰਦਰ ਸਿੰਘ ਅਤੇ ਤੁਸੀਂ ਦੇਖ ਰਹੇ ਹੋ ਚੰਡੀਗੜ੍ਹ ਪ੍ਰੋਪਰਟੀਜ਼। ਅੱਜ ਦੀ ਵੀਡੀਓ ਵਿੱਚ ਤੁਹਾਡੇ ਲਈ ਅਸੀਂ ਲੈ ਕੇ ਆਏ ਹਾਂ 2 BHK ਫਲੈਟ, ਇੱਕ ਲਿਮਿਟਿਡ ਲੋ ਬਜਟ ਵਿੱਚ 200 ਫੀਟ ਦੀ ਰੋਡ ਦੀ ਕਨੈਕਟੀਵਿਟੀ ਦੇ ਨਾਲ। ਇਹ ਤੁਸੀਂ ਬਿਲਕੁਲ ਮੇਰੇ ਪਿੱਛੇ ਏਅਰਪੋਰਟ ਰੋਡ ਦੇਖ ਰਹੇ ਹੋ, ਜੋ ਕਿ 200 ਫੀਟ ਦੀ ਵਾਈਡ ਰੋਡ ਹੈ, 4-lane ਹਾਈਵੇ ਹੈ। ਅਸੀਂ ਬਿਲਕੁਲ ਏਅਰਪੋਰਟ ਮੋਹਾਲੀ ਤੋਂ ਇੰਡਸਟਰੀਅਲ ਏਰੀਆ ਹੁੰਦੇ ਹੋਏ ਗੋਪਾਲ KFC ਪਾਰ ਕਰਦੇ ਹੋਏ 200 ਫੀਟ ਰੋਡ ਤੋਂ ਨਿਊ ਚੰਡੀਗੜ੍ਹ ਵੱਲ ਇਹ ਹਾਈਵੇ ਆ ਰਿਹਾ ਹੈ। ਇਸ ਹਾਈਵੇ ਦੀ ਲੋਕੇਸ਼ਨ 'ਤੇ ਲਿਮਿਟਿਡ ਬਜਟ 'ਚ 2 BHK ਫਲੈਟ ਤੁਹਾਨੂੰ ਹੋਰ ਕਿਤੇ ਵੀ ਨਹੀਂ ਮਿਲੇਗਾ। ਪ੍ਰਾਈਸਿਸ ਜਾਣਨ ਲਈ ਵੀਡੀਓ ਦੇ ਐਂਡ ਤੱਕ ਜ਼ਰੂਰ ਬਣੇ ਰਹੀਓ। ਆਓ ਤੁਹਾਨੂੰ ਇੱਕ ਵਾਰੀ ਸੁਸਾਇਟੀ ਅਤੇ ਪ੍ਰੋਜੈਕਟ ਬਾਰੇ ਦੱਸਦੇ ਹਾਂ। ਹੁਣ ਤੁਸੀਂ ਦੇਖ ਰਹੇ ਹੋ ਸੁਸਾਇਟੀ ਦੀ ਐਂਟਰੈਂਸ, ਜਿੱਥੇ ਤੱਕ ਤੁਸੀਂ ਪਾਮ ਦੇ ਟ੍ਰੀਜ਼ ਦੇਖ ਰਹੇ ਹੋ, ਇਹ ਸਾਰਾ ਪਾਰਕ ਏਰੀਆ ਰਹੇਗਾ ਐਂਟਰੈਂਸ 'ਤੇ। ਐਂਟਰੈਂਸ 'ਤੇ ਪਾਰਕ ਆ ਜਾਣ ਕਾਰਨ ਕਾਫੀ ਵਧੀਆ ਲੁੱਕ ਬਣੀ ਰਹਿੰਦੀ ਹੈ ਸੁਸਾਇਟੀ ਦੀ। ਜਲਦੀ ਹੀ ਸੁਸਾਇਟੀ ਦਾ ਰੋਡ ਦਾ ਕੰਮ ਕੰਪਲੀਟ ਹੋ ਜਾਵੇਗਾ। 60 ਡੇਜ਼ ਦੇ ਅੰਦਰ ਅੰਦਰ ਅਸੀਂ ਫਸਟ 24 ਕਸਟਮਰਸ ਨੂੰ ਪੁਜ਼ੈਸ਼ਨ ਦੇ ਰਹੇ ਹਾਂ। ਹੁਣ ਤੁਸੀਂ ਦੇਖ ਰਹੇ ਹੋ ਫਰੰਟ ਐਲੀਵੇਸ਼ਨ, ਜੋ ਕਿ ਸੈਂਪਲ ਫਲੈਟ ਕੋਰਨਰ ਯੂਨਿਟ ਨੂੰ ਤਿਆਰ ਕੀਤਾ ਗਿਆ ਹੈ। ਫਰੰਟ ਐਲੀਵੇਸ਼ਨ 'ਤੇ ਤੁਸੀਂ ਬਹੁਤ ਹੀ ਬਿਊਟੀਫੁਲ ਟਾਈਲ ਵਰਕ ਦੇਖ ਰਹੇ ਹੋ, ਜੋ ਕਿ ਬਿਲਕੁਲ ਸੇਮ ਐਜ਼ ਇਟ ਇਜ਼ ਰਹੇਗਾ। ਵੀਡੀਓ ਦੇ ਸਟਾਰਟਿੰਗ ਵਿੱਚ ਜੋ ਤੁਸੀਂ ਐਲੀਵੇਸ਼ਨ ਦੇਖਿਆ ਹੈ, ਬਿਲਕੁਲ ਸੇਮ ਰਹੇਗਾ। ਸਟੇਕੇਸ ਬਹੁਤ ਵਧੀਆ ਤਰੀਕੇ ਨਾਲ ਡਿਫਰੈਂਟ ਡਿਜ਼ਾਈਨ ਨਾਲ ਯੂਜ਼ ਕੀਤਾ ਗਿਆ ਹੈ, ਨੋਰਮਲ G+2 ਸੁਸਾਇਟੀਆਂ ਦੀ ਤਰ੍ਹਾਂ ਨਹੀਂ ਬਣਾਇਆ ਗਿਆ। ਤੁਸੀਂ ਦੇਖ ਰਹੇ ਹੋ ਕਿ ਗਰਾਊਂਡ ਫਲੋਰ 'ਚ ਕਾਫੀ ਸਪੇਸ ਵੱਧ ਜਾਂਦਾ ਹੈ ਰਾਈਟ ਸਾਈਡ ਵਾਲੇ ਯੂਨਿਟਸ ਲਈ। ਸਟਾਰਟਿੰਗ 'ਤੇ ਤੁਹਾਡੇ ਲਈ ਡੋਰ ਰਹੇਗਾ 4x8 ਸਾਈਜ਼ ਦਾ, ਕਾਫੀ ਸਪੇਸ਼ੀਅਸ ਡੋਰ। ਹੁਣ ਤੁਸੀਂ ਦੇਖ ਰਹੇ ਹੋ ਸਾਡਾ ਡਰੋਇੰਗ ਡਾਈਨਿੰਗ ਏਰੀਆ ਦਾ ਸਾਈਜ਼ ਰਹੇਗਾ 13x17 ਦਾ। ਡਰੋਇੰਗ ਡਾਈਨਿੰਗ ਏਰੀਆ ਵਿੱਚ ਅਸੀਂ ਤੁਹਾਨੂੰ ਇੱਕ ਵਾਲ 'ਤੇ ਵਾਲਪੇਪਰ ਦੇਵਾਂਗੇ, LED ਪੈਨਲ ਦੇਵਾਂਗੇ, ਅਤੇ ਬਿਲਕੁਲ ਸੇਮ ਡਿਜ਼ਾਈਨ ਦੀ ਫਾਲ ਸੀਲਿੰਗ ਰਹੇਗੀ। ਇੱਕ ਲਿਮਿਟਿਡ ਟਾਈਮ ਲਈ ਫਰਨਿਸ਼ ਦੀ ਔਫਰ ਰਹੇਗੀ ਕਲਾਇੰਟਸ ਲਈ। ਜੇ ਤੁਸੀਂ ਫਸਟ 24 ਯੂਨਿਟਸ ਤੋਂ ਪਹਿਲੇ ਵਿਜ਼ਿਟ ਕਰਦੇ ਹੋ, ਤਾਂ ਤੁਹਾਨੂੰ ਫਲੈਟ ਫੁੱਲੀ ਫਰਨਿਸ਼ ਵੀ ਮਿਲ ਸਕਦਾ ਹੈ ਔਫਰ ਦੇ ਅਕੋਰਡਿੰਗ। ਹੁਣ ਤੁਸੀਂ ਦੇਖ ਰਹੇ ਹੋ ਕਿਚਨ ਏਰੀਆ। ਕਿਚਨ ਦਾ ਸਾਈਜ਼ ਰਹੇਗਾ ਅਪਰੋਕਸੀਮੇਟ 8x8 ਦਾ ਤੁਹਾਡੇ ਲਈ, ਜੋ ਕਿ ਕਾਫੀ ਸਪੇਸ਼ੀਅਸ ਹੋ ਜਾਂਦਾ ਹੈ। ਜੋ ਡਰੋਜ ਯੂਜ ਹੋਏ ਆ ਉਹ ਸੋਫਟ ਕਲੋਜ਼ਰ ਨੇ, ਓਪਨ ਵਾਲੇ ਵੀ ਕੈਬਿਨੇਟਸ ਹਾਈਡਰੋਲਿਕ ਨੇ। ਕਿਚਨ 'ਚ ਸੁਪਰ ਕੰਮ ਹੋ ਰੱਖਿਆ ਫਿਨਿਸ਼ਿੰਗ ਦਾ। ਈਵਨ ਜੋ ਤੁਹਾਡੇ ਲਈ ਸਿੰਕ ਯੂਜ ਹੋਏ ਆ, ਬਿਲਕੁਲ ਸਾਊਂਡ ਪਰੂਫ ਸਿੰਕ ਯੂਜ ਹੋਏ ਆ। ਟੈਪ ਸੈਰਾ ਦੀ ਲੱਗੀ ਹੋਈ ਹੈ, ਸੈਰਾ ਦੀ ਟੈਪ ਕਾਫੀ ਡਿਜ਼ਾਈਨ ਨੂੰ ਅਟਰੈਕਟਿਵ ਕਰ ਦਿੰਦੀ ਹੈ ਜੀ। ਹੁਣ ਤੁਹਾਨੂੰ ਦਿਖਾਉਂਦੇ ਹਾਂ ਫਸਟ ਬੈਡਰੂਮ, ਜਿਸ ਦਾ ਸਾਈਜ਼ ਰਹੇਗਾ 10x13 ਦਾ। ਇਸ ਰੂਮ ਵਿੱਚ ਵੀ ਤੁਹਾਨੂੰ ਫਾਲ ਸੀਲਿੰਗ ਦੇ ਨਾਲ LED ਲਾਈਟਸ ਰਹਿਣਗੀਆਂ। ਇੱਕ ਵਾਲ 'ਤੇ ਤੁਹਾਡੀ ਚੋਇਸ ਦਾ ਵਾਲਪੇਪਰ ਰਹੇਗਾ। ਫੁੱਲ ਸਾਈਜ਼ ਤੁਹਾਡੇ ਲਈ ਕਬਰਡਸ ਰਹਿਣਗੇ, ਜਿਸ ਨਾਲ ਤੁਹਾਨੂੰ ਸਟੋਰੇਜ ਲਈ ਐਕਸਟਰਾ ਸਪੇਸ ਮਿਲ ਜਾਂਦਾ ਹੈ। LED ਪੈਨਲ ਰਹੇਗਾ ਇਸ ਰੂਮ ਵਿੱਚ, ਅਤੇ ਇਸ ਰੂਮ ਦੇ ਨਾਲ ਵੀ ਤੁਹਾਡੇ ਲਈ ਅਟੈਚ ਵਾਸ਼ਰੂਮ ਰਹੇਗਾ। ਵਾਸ਼ਰੂਮ ਦਾ ਸਾਈਜ਼ ਰਹੇਗਾ 6x3x5 ਦਾ, ਸਪੇਸ਼ੀਅਸ ਸਾਈਜ਼ ਹੈ ਇੱਕ ਵਾਸ਼ਰੂਮ ਵਾਸਤੇ। ਕੰਪਲੀਟ ਫਿਟਿੰਗ ਸੈਰਾ ਦੀ ਰਹੇਗੀ, ਨਾਲ ਜੋ ਤੁਸੀਂ ਗਲਾਸ ਦੇਖ ਰਹੇ ਹੋ ਮਿਰਰ, ਇਹ ਬਿਲਕੁਲ ਨਾਲ ਰਹੇਗਾ। ਸੋ ਇਸ ਨਾਲ ਹੀ ਸਾਡਾ ਫਸਟ ਬੈਡਰੂਮ ਕੰਪਲੀਟ ਹੋ ਜਾਂਦਾ ਹੈ। ਤੁਸੀਂ ਦੇਖ ਹੀ ਰਹੇ ਹੋਗੇ ਫੁੱਲ ਸਾਈਜ਼ ਬੈੱਡ ਲੱਗਣ ਤੋਂ ਬਾਅਦ ਵੀ ਪ੍ਰੋਪਰ ਵਾਕਿੰਗ ਦਾ ਸਪੇਸ ਹੈ, ਕਬਰਡ ਸਾਈਜ਼ ਕਾਫੀ ਅੱਛੇ ਨੇ। ਹੁਣ ਤੁਹਾਨੂੰ ਅਸੀਂ ਦਿਖਾਵਾਂਗੇ ਸੈਕਿੰਡ ਬੈਡਰੂਮ।
जिस दे नाल ही अटैच वॉशरूम रहेगा ते वॉशिंग एरिया दी एंट्रेंस रहेगी। रूम्स च हजे डोर नहीं लगाए गए ताकि जो असी सैंपल फ्लैट फैमिली नू शिफ्ट करांगे उस वेले नवापन बनया रहे, बाकी तुहानू डोरस नाल मिलणगे। ये सैकेंड बैडरूम है जिस विच एक वॉल ते तुहाडी चॉइस दा वॉलपेपर, फॉल सीलिंग च LED लाइट्स। इस रूम विच असी कबर्ड्स स्लाइडर दित्ते आ विद ड्रैसिंग टेबल, शूज़ रैक नाल ही रहेंगे। स्लाइडर कबर्स ना थोड़ा जहा एक्सपीरियंस होर वधिया हो जाता है, कस्टमर चॉइस देगी। कबर्ड्स वुडन दे काम च अगर कस्टमर कुछ कस्टमाइजेशन करवाना चाहता है तो उन्होंने ऑप्शन मिलेगी। इस रूम विच भी तुहानू LED पैनल मिलेगा ते सेम इस रूम विच भी तुहानू वॉशिंग एरिया रहेगा जो कि 7x5 साइज का रहेगा वॉशरूम। इस विच भी तुहानू सैरा की फिटिंग दे नाल मिरर नाल रहेगा। सो गाइज परफेक्ट ये चीज़ हो जाती है कि इसका प्राइस है सिर्फ 25,90,000 फस्ट फ्लोर का, 26,90,000 साडा सैकेंड फ्लोर का प्राइस रहेगा विद रूफ राइट, तो 27,90,000 ग्राउंड फ्लोर का। सो वेट ना करो, जल्दी विजिट करो ते अपने लिए अपना ड्रीम होम जल्दी बुक करो। थैंक यू।